ਬੱਸ ਸਟੈਂਡ ਨੇੜੇ ਟਰੈਵਲ ਏਜੰਟ ਓਮਬੀਜ਼ਾ ਦੇ ਕਰਮਚਾਰੀ ਨੇ AGI ਬਿਲਡਿੰਗ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਗੌਰਵ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਅੱਜ ਸਵੇਰੇ AGI ਬਿਲਡਿੰਗ 'ਚ ਦਫ਼ਤਰ ਖੁੱਲ੍ਹਣ ਤੋਂ ਬਾਅਦ ਗੌਰਵ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਬੱਸ ਸਟੈਂਡ ਚੌਂਕੀ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਚੌਂਕੀ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਗੌਰਵ ਨੇ ਖੁਦਕੁਸ਼ੀ ਕਿਉਂ ਕੀਤੀ ਅਤੇ ਸੁਸਾਈਡ ਨੋਟ ਵੀ ਹਜੇ ਤੱਕ ਬਰਾਮਦ ਨਹੀਂ ਹੋਇਆ ਹੈ। ਹਰ ਰੋਜ਼ ਤੰਗ ਕਰਦੇ ਸੀ, ਪਰੇਸ਼ਾਨ ਕਰਦੇ ਸੀਗੇ ਕਿ ਉਹ ਕਹਿੰਦਾ ਸੀ ਮੈਂ ਨੌਕਰੀ ਨਹੀਂ ਕਰਨੀ ਚਾਹੁੰਦਾ, ਇਹ ਕਹਿੰਦੇ ਤੈਨੂੰ ਮਰਵਾ ਦੇਣਾ ਸੀ। ਕੌਣ ਕਹਿੰਦਾ ਸੀ? ਇਹੀ ਜਿਹੜੀ ਬਿਮਾਰ ਹੋ ਗਿਆ। ਅੱਛਾ, ਮੇਜਾ ਦੀ ਜਾਂ ਤੈਨੂੰ ਮਰਵਾ ਦੇਣਾ ਜਾਂ ਤੈਨੂੰ ਨਹੀਂ ਕਰਵਾ ਦੇਣਾ। ਕਿੰਨੇ ਸਾਲਾਂ ਤੋਂ ਕੰਮ ਕਰਦਾ ਸੀ? 2.5-3 ਸਾਲ। ਨਾਮ ਕੀ ਬੇਟੇ? ਗੌਰਵ। ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ? ਇਹ ਸਾਨੂੰ ਇੱਕ ਮੈਸੇਜ ਆਇਆ ਵੀ AIG ਬਿਲਡਿੰਗ ਦਾ ਬੱਸ ਸਟੈਂਡ ਦੇ ਲਾਗੇ ਉੱਥੇ ਓਮ ਵੀਜ਼ੇ ਦੇ ਇੱਕ ਲੜਕਾ ਨੌਕਰੀ ਕਰਦਾ ਸੀ ਗੌਰਵ, ਇੱਥੇ ਉਹਦੀ ਡੈਥ ਹੋਈ, ਇੱਥੇ ਆਇਆ, ਇਸ ਕਰਕੇ ਅਸੀਂ ਮੌਕੇ 'ਤੇ ਆਏ ਹਾਂ। ਉਹਦੇ ਫਾਦਰ ਸਾਹਿਬ ਮਿਲੇ ਆ, ਉਹਦਾ ਬਿਆਨ ਲਿਖਿਆ, ਉੱਥੇ ਜੋ ਮਰਜ਼ੀ ਕਰ ਲਈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।